ਵੇਲੇ ਪਿੰਡ ਬਲੜਾ ਵਿਖੇ ਉਸ ਵੇਲੇ ਮਾਤਮ ਛਾ ਗਿਆ ਜਦੋਂ 25 ਸਾਲਾ ਸੰਦੀਪ ਸਿੰਘ ਬੰਟੀ ਨਾਂ ਦੇ ਨੌਜਵਾਨ ਦੀ ਟੋਬੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਦੀ ਮਦਦ ਨਾਲ ਟੋਬਾ ਖਾਲੀ ਕਰਕੇ ਜਦੋਂ ਨੌਜਵਾਨ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਬੰਟੀ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇ ਕਿ ਇਸ ਟੋਬੇ ਕਾਰਨ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਨੇ, ਜਿਸ ਦੇ ਚਲਦੇ ਪਹਿਲਾਂ ਵੀ ਇੱਕ ਮੋਟਰਸਾਈਕਲ ਚਾਲਕ ਆਪਣੀ ਪਤਨੀ ਸਮੇਤ ਇਸ ਦੇ ਵਿੱਚ ਡਿੱਗ ਪਿਆ ਸੀ, ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਹੀ ਬਾਹਰ ਕੱਢਿਆ ਗਿਆ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਪੰਚਾਇਤ ਤੋਂ ਟੋਬਾ ਸੜਕ ਦੇ ਬਰਾਬਰ ਹੋਣ ਕਾਰਨ ਸੜਕ ਵਾਲੀ ਸਾਈਡ ਕੰਧ ਕਰਨ ਦੀ ਮੰਗ ਕੀਤੀ ਹੈ। ਮੇਰਾ ਨਾਮ ਹਕਮ ਸਿੰਘ ਹੈ। ਕਿਵੇਂ ਹੋਇਆ ਜੀ? ਕਿੱਥੇ? ਭੈਰੋਂ ਪਰੇ ਪਿੰਡ 'ਚ ਇਹਦੀ ਦੁਕਾਨ ਕਰੀ ਹੋਈ ਸੀ। ਕਾਹਦੀ ਦੁਕਾਨ? ਆਪਣੇ ਮੋਟਰਸਾਈਕਲਾਂ ਦੀ। ਉੱਥੇ ਤਾਂ ਇਹ ਘਰ ਨੂੰ ਵਾਪਸੀ ਆ ਰਿਹਾ ਸੀ ਸ਼ਾਮ ਟਾਈਮ, 7:30 ਪੌਣੇ 8 ਦਾ ਟਾਈਮ ਤਾ ਜੀ, 8:30 ਵੱਜਣ ਵਾਲੇ ਸੀ, 5-7 ਮਿੰਟ ਰਹਿੰਦੇ ਹੁਣ ਜੀ। ਬੋਲੇ ਤਾਂ ਆਇਆ ਜੀ ਆਪਣੀ ਸਾਈਡ 'ਤੇ, ਦੂਜੀ ਸਾਈਡ ਜਾ ਕੇ ਟੋਬੇ 'ਚ ਗਿਰ ਗਏ ਸਣੇ ਮੋਟਰਸਾਈਕਲ। ਇਕੱਲੇ ਸੀਗਾ ਜੀ ਇਹ ਬਾਈਕ? ਇਕੱਲੇ ਸੀਗੇ। ਕਿਹਨਾਂ ਨੇ ਕੱਢਿਆ ਜੀ ਇਹ? ਪਿੰਡ ਦੇ ਇਕੱਠੇ ਹੋ ਗਏ ਜੀ, ਸਾਰਾ ਪਿੰਡ ਇਕੱਠਾ ਹੋ ਗਿਆ ਜੀ। ਫਿਰ ਉਹਨਾਂ ਨੇ ਹੌਲੀ ਹੌਲੀ ਪਹਿਲਾਂ ਮੋਟਰਸਾਈਕਲ ਕੱਢਿਆ ਜੀ, ਉਸ ਤੋਂ ਬਾਅਦ ਫਿਰ ਇਹਨੂੰ ਕੱਢਿਆ ਜੀ। ਇਹਦਾ ਵਿਆਹ ਵੀ ਰੱਖਿਆ ਸੀ ਕੋਈ? ਵਿਆਹ ਇਹਦਾ ਮਾਰਚ ਦਾ ਲੈਣਾ ਸੀਗਾ ਜੀ। ਕੀ ਨਾਮ ਸੀ ਇਹਦਾ, ਕਿੰਨੀ ਉਮਰ ਸੀ? ਸੰਦੀਪ ਸਿੰਘ ਜੀ, ਸਨ ਆਫ ਹਾਕਮ ਸਿੰਘ, 25 ਸਾਲ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਹਾਂ ਜੀ, ਬਸ ਟੋਬੇ ਦੀ ਚਾਰ ਦੀਵਾਰੀ ਹੈ ਨਹੀਂ ਨਾ ਜੀ। ਹਾਂ ਜੀ, ਕੀਤੀ ਜਾਵੇ ਅੱਗੇ ਵਾਸਤੇ ਜਿਹੜਾ ਇਹ ਮਤਲਬ ਹਾਸਿਆ ਜਿਹੜੇ ਨਾਮ। ਮੈਂ ਜੀ ਤੁਹਾਡਾ? ਮੇਰਾ ਨਾਮ ਮਲਕੀਤ ਸਿੰਘ ਹੈ ਜੀ। ਕਿਹੜੇ ਪਿੰਡ ਦੇ ਹੋ? ਰਾਮਪੁਰ ਤੋਂ। ਕੀ ਮਾਮਲਾ ਸੀ? ਕੀ ਮਾਮਲਾ ਹੋਇਆ ਰਾਤੀ? ਮੈਂ ਰਾਤ ਜੀ ਮਤਲਬ 7:30 ਵਜੇ ਸਾਡਾ ਭਾਣਜਾ ਦੁਕਾਨ ਬੰਦ ਕਰਕੇ ਆਇਆ ਸੀ ਜੀ, ਆਪਣਾ ਤੁਹਾਡਾ ਭੈਰੋਂਪੁਰ ਤੋਂ ਜੀ। ਜੀ। ਉਸ ਤੋਂ ਬਾਅਦ ਇੱਥੇ ਆ ਕੇ ਨਾਲ ਹਾਦਸਾ ਹੋਇਆ, ਟੋਬੇ 'ਚ ਗਿਰਾ ਜੀ। ਜੀ। ਅਤੇ ਉਸ ਤੋਂ ਬਾਅਦ ਮਤਲਬ ਅਸੀਂ, ਸਾਨੂੰ ਪਤਾ ਲੱਗਿਆ ਕਿ ਰਾਹ ਕਿਹਨੇ ਦੱਸਿਆ ਪਿਆ ਕਰਕੇ ਬੰਦਾ ਵਿੱਚ ਗਿਰਿਆ, ਅਤੇ ਅਸੀਂ ਜਾ ਕੇ ਜਦੋਂ ਕੱਢਿਆ ਆ ਕੇ, ਮੈਂ ਤਾਂ ਵੈਸੇ ਹੈ ਸੀ, ਮੇਰਾ ਭਣੂਜੀ ਸੀ। ਪਿੰਡਾਂ ਨੇ ਕੱਢ ਕੇ ਕਿੱਥੇ ਲੈ ਕੇ ਗਏ ਉਹਨੂੰ ਜੀ? ਉਹ ਫਤਿਹਗੜ੍ਹ ਸਾਹਿਬ ਜਿਸ ਟਾਈਮ ਹੋਸਪਿਟਲ ਆ ਜੀ। ਫਿਰ ਉੱਥੇ ਰਸਤੇ 'ਚ ਹੀ ਮੌਤ ਹੋ ਗਈ ਜਾਂ? ਬਾਬਾ ਉੱਥੋਂ ਡਾਕਟਰ ਮਿੰਟ ਕਰਾਰ ਦਿੱਤੇ ਜੀ। ਕੀ ਨਾਮ ਹੈ ਜੀ ਬੇਟੇ ਦਾ? ਬੇਟੇ ਨਾਮ ਜੀ ਸੰਦੀਪ ਸਿੰਘ। ਕਿੰਨੇ ਸਾਲ ਦਾ ਸੀ? 27 ਸਾਲ ਦੀ ਉਮਰ ਸੀ। ਅਤੇ ਉਹਦੀ ਵਿਆਹ ਵਗੈਰਾ ਵੀ ਰੱਖਿਆ ਹੋਇਆ ਸੀ ਕੁਝ? ਨਹੀਂ, ਦੇਖੋ ਜੀ ਦਿਨ ਰੱਖੇ ਵੀ ਸੀ ਉਹ ਆਪਣੇ ਮਾਰਚ 'ਚ। ਮਾਰਚ 'ਚ ਵਿਆਹ ਰੱਖਿਆ? ਹਾਂਜੀ ਹਾਂਜੀ ਬਿਲਕੁਲ। ਕੀ ਮੰਗ ਕਰਦੇ? ਪਹਿਲਾਂ ਵੀ ਕਿਤੇ ਹਾਦਸੇ ਵਾਪਰੇ ਨੇ, ਕਹਿੰਦੇ ਪਹਿਲਾਂ ਵੀ ਟੋਬੇ 'ਚ ਗਿਰੇ? ਪਹਿਲਾਂ ਕਹਿੰਦੇ ਆ ਅਤੇ ਬਸ ਤਾਂ ਆਪਣੇ ਦੁਕਾਨ 'ਚੋਂ ਸਾਡਾ ਆਪਣਾ ਗਿਰਿਆ। ਇਹਦੇ ਬਾਰੇ ਕਹਾਂਗੇ ਅਸੀਂ ਤਾਂ ਪਤਾ ਨਹੀਂ ਕੀ ਮੰਗ ਕਰਦੇ ਹੋ ਪੰਜਾਬ? ਬਸ ਤਾਂ ਕਹਾਂਗੇ ਇਹਦੀ ਚਾਰ ਦੁਆਰੀ ਹੋਣੀ ਚਾਹੀਦੀ ਜੀ। ਕੱਲ੍ਹ ਕੋਈ ਹੋਰ ਹਾਦਸਾ ਨਾ ਵਾਪਰੇ, ਜੋ ਸਾਡਾ ਤਾਂ ਅੱਗੇ ਜਾਣਾ ਸੀ ਉਹ ਚਲੇ ਗਿਆ ਜੀ। ਕਹਿੰਦੇ ਇਹਦੀ ਚਾਰ ਦੁਆਰੀ ਹੋਵੇ ਅਤੇ ਮਤਲਬ ਅੱਗੇ ਨੂੰ ਇਹੋ ਜਿਹਾ ਹਾਦਸਾ ਨਾ ਹੋਵੇ।